ਰਹਿਾਇਸ਼ੀ ਇਲਾਕਿਆਂ ਦੇ ਵਿੱਚ ਜਲ ਭਰਾਵ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਉੱਥੇ ਨਾਲ ਹੀ ਦਰਿਆਵਾਂ ਤੇ ਨਦੀਆਂ ਦਾ ਜਿਹੜਾ ਜਲ ਸਤਰ ਹੈਗਾ ਉਹ ਵੀ ਕਿਤੇ ਨਾ ਕਿਤੇ ਵਧਿਆ ਹੋਇਆ ਨਜ਼ਰ ਆ ਰਿਹਾ। ਇਸ ਸਮੇਂ ਅਸੀਂ ਦਰਿਆ ਬਿਆਸ ਕਿਨਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਬੀਤੀ ਰਾਤ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਨਜ਼ਰ ਆਇਆ ਔਰ ਹੁਣ ਦੇ ਜੋ ਤਾਜ਼ਾ ਹਾਲਾਤ ਨੇ ਅੱਜ ਦੇ ਉਹ ਵੀ ਜਿਹੜਾ ਹੈਗਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਨਾਲ ਇਸ ਸਮੇਂ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਉਮੇਸ਼ ਸਿੰਘ ਮੌਜੂਦ ਨੇ। ਉਮੇਸ਼ ਜੀ, ਕੀ ਤਾਜ਼ਾ ਹਾਲਾਤ ਹੈਗੇ ਆ ਔਰ ਜਲ ਸਤਰ ਜਿਹੜਾ ਹੈਗਾ ਵਾ ਰਾਤ ਨੂੰ ਕਿਵੇਂ ਚੱਲਿਆ, ਕਿੰਨਾ ਚੱਲਿਆ ਔਰ ਹੁਣ ਜੋ ਹੈਗਾ ਉਹ ਕਿੰਨਾ ਬਣਿਆ ਹੋਇਆ ਹੈ? ਜਿਹੜਾ ਇਸ ਵੇਲੇ ਚੱਲਦਾ ਪਿਆ ਉਹ 736.00 ਗੇਜ ਚਲਦੀ ਪਈ ਹੈ ਅਤੇ ਡਿਸਚਾਰਜ ਬਣਦਾ 36,962 ਕਿਊਸਿਕ। ਰਾਤ ਨੂੰ ਜਿਹੜਾ ਚੱਲ ਗਿਆ ਸੀ ਆਪਣਾ 737.00 ਅਤੇ ਡਿਸਚਾਰਜ ਬਣਦਾ 47,881 ਕਿਊਸਿਕ। ਇਹਦੇ ਵਿੱਚ ਜਿਹੜਾ ਇੱਕਦਮ ਇੰਨਾ ਪਾਣੀ ਦਾ ਪੱਧਰ ਵਧਣਾ ਰਾਤੀ ਕੀ ਦੇਖਦੇ ਹੋ, ਉਹਨੂੰ ਕਿਵੇਂ ਦੇਖਦੇ ਹੋ? ਉਹ ਦੇਖੋ ਜੀ, ਹੁਣ ਕੱਲ੍ਹ ਸਾਰੇ ਇਲਾਕੇ ਵਿੱਚ ਤਕਰੀਬਨ ਹਿਮਾਚਲ ਪੰਜਾਬ ਸਾਰੀ ਸਟੇਟਾਂ ਵਿੱਚੋਂ ਮੀਂਹ ਜ਼ੋਰ ਦਾ ਪਿਆ, ਵਿੱਚ ਚੱਕੀ ਦਰਿਆ ਦਾ ਪਾਣੀ ਆ ਗਿਆ, ਕੁਛ ਮੀਂਹ ਦਾ ਪਾਣੀ ਹੋ ਗਿਆ, ਇਸ ਕਰਕੇ ਪਾਣੀ ਜਿਹੜਾ ਰਾਤ ਨੂੰ ਜਿਹੜਾ ਪਾਣੀ ਵੱਧ ਗਿਆ। ਹੁਣ ਸਵੇਰ ਦਾ ਸਮਾਂ ਆ ਤੇ ਕੁਛ ਘਟਾ ਉਹ ਦਰਜ ਕੀਤਾ ਜਾ ਰਿਹਾ ਕੁਛ? ਹਾਂ, ਇਸ ਵੇਲੇ ਮੁੱਕ ਦੇ ਹਿਸਾਬ ਨਾਲ ਪਾਣੀ ਆਪਣੇ ਕੋਲ ਜਿਹੜਾ ਆ ਪੱਧਰ ਜਿਹੜਾ ਪਾਣੀ ਦਾ ਉਹ ਘਟਦਾ ਨਜ਼ਰ ਆ ਰਿਹਾ ਜੀ। ਜਿਹੜੀ ਟੋਪ ਰਾਤ ਦਾ ਜਿਹੜਾ ਵਾਟਰ ਲੈਵਲ ਹੈ ਕਿੰਨਾ ਰਿਹਾ? ਉਹ 737.00 ਡਿਸਚਾਰਜ ਹੋ ਗਿਆ 47,881 ਕਿਊਸਿਕ। ਤੇ ਹੁਣ ਜਿਹੜਾ ਅੱਗੇ ਕੋਈ ਦਰਿਆ ਦੇ ਵਧਣ ਦੀ ਸੰਭਾਵਨਾ ਹੈ ਪਾਣੀ ਦੇ? ਦੇਖੋ ਜੀ, ਇਹ ਬਰਸਾਤ ਦਾ ਮੌਸਮ ਹੈ, ਕਿਸੇ ਵੇਲੇ ਵੀ ਪਾਣੀ ਜਿਹੜਾ ਉਹ ਵੱਧ ਸਕਦਾ, ਇਹ ਤਾਂ ਹੁਣ ਆਏ ਤੇ ਪੱਕਾ ਪਤਾ ਲੱਗੂ ਜੀ। ਹੁਣ ਜਿਵੇਂ ਬਰਸਾਤਾਂ ਜਿਹੜੀਆਂ ਲਗਾਤਾਰ ਹੋ ਰਹੀਆਂ ਕੀ ਲੱਗਦਾ ਹੈਗਾ, ਕਿਉਂਕਿ ਤਸਵੀਰਾਂ ਵੀ ਜਿਹੜੀਆਂ ਪਹਾੜਾਂ ਤੋਂ ਕਿਤੇ ਨਾ ਕਿਤੇ ਆ ਰਹੀਆਂ ਅਜਿਹੀਆਂ? ਹਾਂਜੀ ਹਾਂਜੀ, ਇਹ ਤਾਂ ਹੁਣ ਮੀਂਹ ਪੈ ਰਿਹਾ ਜੀ ਹਿਮਾਚਲ ਵਿੱਚ ਵੀ ਤੇ ਪੰਜਾਬ ਵਿੱਚ ਵੀ, ਹੁਣ ਕੀ ਪਤਾ ਕਿਹੜੇ ਵੇਲੇ ਪਾਣੀ ਜਿਹੜਾ ਉਹ ਵੱਧ ਸਕਦਾ ਜੀ। ਤਾਂ ਇਹ ਸਨ ਤਸਵੀਰਾਂ ਦਰਿਆ ਬਿਆਸ ਦੀਆਂ, ਜਿੱਥੇ ਕਿ ਮੌਕੇ ਦੇ ਮੌਜੂਦਾ ਜੋ ਹਾਲਾਤ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਔਰ ਪਾਣੀ ਦੀ ਜੋ ਸਥਿਤੀ ਬਣੀ ਹੋਈ ਹੈ ਉਹ ਵੀ ਦਿਖਾ ਰਹੇ ਹਾਂ ਔਰ ਪਾਣੀ ਦਾ ਵਹਾਅ ਜਿਹੜਾ ਹੈਗਾ ਨਿਰੰਤਰ ਕਿਤੇ ਨਾ ਕਿਤੇ ਸਪੀਡ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਜੋ ਪੱਧਰ ਸੀਗਾ ਪਾਣੀ ਦਾ ਬੀਤੇ ਦਿਨਾਂ ਦੌਰਾਨ ਕਿਤੇ ਨਾ ਕਿਤੇ ਘਟਿਆ ਸੀਗਾ, ਬੀਤੇ ਦਿਨਾਂ ਦੌਰਾਨ ਪਾਣੀ ਦੇ ਪੱਧਰ ਦੇ ਵਿੱਚ ਕਹਿ ਸਕਦੇ ਹਾਂ ਕਿ ਰਫ਼ਤਾਰ ਦੇ ਵਿੱਚ ਵੀ ਕਮੀ ਆਈ ਸੀ ਔਰ ਪਾਣੀ ਦੇ ਪੱਧਰ ਦੇ ਵਿੱਚ ਵੀ ਬਿਆਸ ਦਰਿਆ ਦੇ ਵਿੱਚ ਕਮੀ ਆਈ ਸੀ ਔਰ ਇਸ ਦੇ ਨਾਲ ਹੀ ਹੁਣ ਬਰਸਾਤਾਂ ਦੇ ਦੌਰਾਨ ਅੱਗੇ ਪਾਣੀ ਦਾ ਪੱਧਰ ਬਿਆਸ ਦਰਿਆ ਦੇ ਵਿੱਚ ਕੀ ਬਣਿਆ ਰਹਿੰਦਾ ਹੈ ਉਸ ਦੀ ਵੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਕਿ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਲ ਭਰਾਵ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਉੱਥੇ ਨਾਲ ਹੀ ਦਰਿਆਵਾਂ ਤੇ ਨਦੀਆਂ ਦਾ ਜਿਹੜਾ ਜਲ ਸਤਰ ਹੈਗਾ ਉਹ ਵੀ ਕਿਤੇ ਨਾ ਕਿਤੇ ਵਧਿਆ ਹੋਇਆ ਨਜ਼ਰ ਆ ਰਿਹਾ। ਇਸ ਸਮੇਂ ਅਸੀਂ ਦਰਿਆ ਬਿਆਸ ਕਿਨਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਬੀਤੀ ਰਾਤ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਨਜ਼ਰ ਆਇਆ ਔਰ ਹੁਣ ਦੇ ਜੋ ਤਾਜ਼ਾ ਹਾਲਾਤ ਨੇ ਅੱਜ ਦੇ ਉਹ ਵੀ ਜਿਹੜਾ ਹੈਗਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਨਾਲ ਇਸ ਸਮੇਂ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਉਮੇਸ਼ ਸਿੰਘ ਮੌਜੂਦ ਨੇ। ਉਮੇਸ਼ ਜੀ, ਕੀ ਤਾਜ਼ਾ ਹਾਲਾਤ ਹੈਗੇ ਆ ਔਰ ਜਲ ਸਤਰ ਜਿਹੜਾ ਹੈਗਾ ਵਾ ਰਾਤ ਨੂੰ ਕਿਵੇਂ ਚੱਲਿਆ, ਕਿੰਨਾ ਚੱਲਿਆ ਔਰ ਹੁਣ ਜੋ ਹੈਗਾ ਉਹ ਕਿੰਨਾ ਬਣਿਆ ਹੋਇਆ ਹੈ? ਜਿਹੜਾ ਇਸ ਵੇਲੇ ਚੱਲਦਾ ਪਿਆ ਉਹ 736.00 ਗੇਜ ਚਲਦੀ ਪਈ ਹੈ ਅਤੇ ਡਿਸਚਾਰਜ ਬਣਦਾ 36,962 ਕਿਊਸਿਕ। ਰਾਤ ਨੂੰ ਜਿਹੜਾ ਚੱਲ ਗਿਆ ਸੀ ਆਪਣਾ 737.00 ਅਤੇ ਡਿਸਚਾਰਜ ਬਣਦਾ 47,881 ਕਿਊਸਿਕ। ਇਹਦੇ ਵਿੱਚ ਜਿਹੜਾ ਇੱਕਦਮ ਇੰਨਾ ਪਾਣੀ ਦਾ ਪੱਧਰ ਵਧਣਾ ਰਾਤੀ ਕੀ ਦੇਖਦੇ ਹੋ, ਉਹਨੂੰ ਕਿਵੇਂ ਦੇਖਦੇ ਹੋ? ਉਹ ਦੇਖੋ ਜੀ, ਹੁਣ ਕੱਲ੍ਹ ਸਾਰੇ ਇਲਾਕੇ ਵਿੱਚ ਤਕਰੀਬਨ ਹਿਮਾਚਲ ਪੰਜਾਬ ਸਾਰੀ ਸਟੇਟਾਂ ਵਿੱਚੋਂ ਮੀਂਹ ਜ਼ੋਰ ਦਾ ਪਿਆ, ਵਿੱਚ ਚੱਕੀ ਦਰਿਆ ਦਾ ਪਾਣੀ ਆ ਗਿਆ, ਕੁਛ ਮੀਂਹ ਦਾ ਪਾਣੀ ਹੋ ਗਿਆ, ਇਸ ਕਰਕੇ ਪਾਣੀ ਜਿਹੜਾ ਰਾਤ ਨੂੰ ਜਿਹੜਾ ਪਾਣੀ ਵੱਧ ਗਿਆ।
ਹੁਣ ਸਵੇਰ ਦਾ ਸਮਾਂ ਆ ਤੇ ਕੁਝ ਘਟਾ ਉਹ ਦਰਜ ਕੀਤਾ ਜਾ ਰਿਹਾ ਕੁਝ? ਹਾਂ, ਇਸ ਵੇਲੇ ਮੁੱਕ ਦੇ ਹਿਸਾਬ ਨਾਲ ਪਾਣੀ ਆਪਣੇ ਕੋਲ ਜਿਹੜਾ ਆ ਪੱਧਰ ਜਿਹੜਾ ਪਾਣੀ ਦਾ ਉਹ ਘਟਦਾ ਨਜ਼ਰ ਆ ਰਿਹਾ ਜੀ। ਜਿਹੜੀ ਟੌਪ ਰਾਤ ਦਾ ਜਿਹੜਾ ਵਾਟਰ ਲੈਵਲ ਹੈ ਕਿੰਨਾ ਰਿਹਾ? ਉਹ 737.00 ਡਿਸਚਾਰਜ ਹੋ ਗਿਆ 47,881 ਕਿਊਸਕ। ਤੇ ਹੁਣ ਜਿਹੜਾ ਅੱਗੇ ਕੋਈ ਦਰਿਆ ਦੇ ਵਧਣ ਦੀ ਸੰਭਾਵਨਾ ਹੈ ਪਾਣੀ ਦੇ? ਦੇਖੋ ਜੀ, ਇਹ ਬਰਸਾਤ ਦਾ ਮੌਸਮ ਹੈ, ਕਿਸੇ ਵੇਲੇ ਵੀ ਪਾਣੀ ਜਿਹੜਾ ਉਹ ਵੱਧ ਸਕਦਾ, ਇਹ ਤਾਂ ਹੁਣ ਆਏ ਤੇ ਪੱਕਾ ਪਤਾ ਲੱਗੂ ਜੀ। ਹੁਣ ਜਿਵੇਂ ਬਰਸਾਤਾਂ ਜਿਹੜੀਆਂ ਲਗਾਤਾਰ ਹੋ ਰਹੀਆਂ, ਕੀ ਲੱਗਦਾ ਹੈਗਾ ਕਿਉਂਕਿ ਤਸਵੀਰਾਂ ਵੀ ਜਿਹੜੀਆਂ ਪਹਾੜਾਂ ਤੋਂ ਕਿਤੇ ਨਾ ਕਿਤੇ ਆ ਰਹੀਆਂ ਅਜਿਹੀਆਂ? ਹਾਂਜੀ ਹਾਂਜੀ, ਇਹ ਤਾਂ ਹੁਣ ਮੀਂਹ ਪੈ ਰਿਹਾ ਜੀ ਹਿਮਾਚਲ ਵਿੱਚ ਵੀ ਤੇ ਪੰਜਾਬ ਵਿੱਚ ਵੀ, ਹੁਣ ਕੀ ਪਤਾ ਕਿਹੜੇ ਵੇਲੇ ਪਾਣੀ ਜਿਹੜਾ ਉਹ ਵੱਧ ਸਕਦਾ ਜੀ। ਤਾਂ ਇਹ ਸਨ ਤਸਵੀਰਾਂ ਦਰਿਆ ਬਿਆਸ ਦੀਆਂ, ਜਿੱਥੇ ਕਿ ਮੌਕੇ ਦੇ ਮੌਜੂਦਾ ਜੋ ਹਾਲਾਤ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਔਰ ਪਾਣੀ ਦੀ ਜੋ ਸਥਿਤੀ ਬਣੀ ਹੋਈ ਹੈ ਉਹ ਵੀ ਦਿਖਾ ਰਹੇ ਹਾਂ, ਔਰ ਪਾਣੀ ਦਾ ਵਹਾਅ ਜਿਹੜਾ ਹੈਗਾ ਨਿਰੰਤਰ ਕਿਤੇ ਨਾ ਕਿਤੇ ਸਪੀਡ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ, ਔਰ ਜੋ ਪੱਧਰ ਸੀਗਾ ਪਾਣੀ ਦਾ ਬੀਤੇ ਦਿਨਾਂ ਦੌਰਾਨ ਕਿਤੇ ਨਾ ਕਿਤੇ ਘਟਿਆ ਸੀਗਾ, ਬੀਤੇ ਦਿਨਾਂ ਦੌਰਾਨ ਪਾਣੀ ਦੇ ਪੱਧਰ ਦੇ ਵਿੱਚ ਕਹਿ ਸਕਦੇ ਹਾਂ ਕਿ ਰਫ਼ਤਾਰ ਦੇ ਵਿੱਚ ਵੀ ਕਮੀ ਆਈ ਸੀ, ਔਰ ਪਾਣੀ ਦੇ ਪੱਧਰ ਦੇ ਵਿੱਚ ਵੀ ਬਿਆਸ ਦਰਿਆ ਦੇ ਵਿੱਚ ਕਮੀ ਆਈ ਸੀ, ਔਰ ਇਸ ਦੇ ਨਾਲ ਹੀ ਹੁਣ ਬਰਸਾਤਾਂ ਦੇ ਦੌਰਾਨ ਅੱਗੇ ਪਾਣੀ ਦਾ ਪੱਧਰ ਬਿਆਸ ਦਰਿਆ ਦੇ ਵਿੱਚ ਕੀ ਬਣਿਆ ਰਹਿੰਦਾ ਹੈ ਉਸ ਦੀ ਵੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ।